ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਾਜਵਿੰਦਰ ਸਿੰਘ ਹੈ ਤੇ ਮੈਂ ਗੋਬਿੰਦਗੜ੍ਹ ਪਬਲਿਕ ਕਾਲਜ ਅਲੌੜ ਖੰਨਾ ਦਾ ਬੀਕੌਮ ਦਾ ਵਿਦਿਆਰਥੀ ਹਾਂ। ਸੋ ਅੱਜ ਸਾਨੂੰ ਕੁਛ ਸਮਾਂ ਬੋਲਣ ਦਾ ਮੌਕਾ ਮਿਲਿਆ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੇ ਜੀਵਨ ਦੇ ਵਿੱਚ ਤੇ ਸੋ 5 ਮਿੰਟ ਸਮਾਂ ਮਿਲਿਆ ਤੇ ਸ਼ੁਰੂਆਤ ਕਰਦਾ। ਆਪਾਂ ਮੱਖਣ ਸ਼ਾਹ ਲੁਬਾਣਾ ਜੀ ਦੀ ਕਥਾ ਤੋਂ ਸ਼ੁਰੂਆਤ ਕਰਦੇ ਹਾਂ, ਕਿਵੇਂ ਪ੍ਰਕਾਸ਼ ਹੋਇਆ ਗੁਰੂ ਜੀ ਦਾ। ਸਰ, ਮੱਖਣ ਸ਼ਾਹ ਲੁਬਾਣਾ ਦਾ ਬੇੜਾ ਚੱਖੜ ਨੇਰੀ ਵਿੱਚ ਫਸ ਗਿਆ ਸੀ। ਉਹਨੇ ਗੁਰੂ ਅੱਗੇ ਅਰਦਾਸ ਕੀਤੀ ਕਿ ਜੇ ਆਪ ਮੇਰਾ ਬੇੜਾ ਪਾਰ ਲਗਾ ਦੋ ਤੇ ਮੈਂ ਆਪ ਅੱਗੇ 400 ਮੋਹਰਾਂ ਭੇਟ ਕਰਾਂਗਾ। ਗੁਰੂ ਜੀ ਮੋਹਰਾਂ ਦਾ ਭੇਟ ਤੇ ਭੁੱਖੇ ਨਹੀਂ ਸੀਗੇ। ਤੋ ਦਾਸ ਆਪਣੇ ਦਾਸ ਦਾ ਆਪਣੇ ਭਗਤਾਂ ਦਾ ਮਨ ਦੇਖਦੇ ਆ, ਉਸ ਦਾ ਮਨ ਸੱਚਾ ਸੀ। ਸੋ ਗੁਰੂ ਜੀ ਨੇ ਮੋਢਾ ਲਾ ਬੇੜਾ ਪਾਰ ਲਗਾਇਆ ਤੇ ਬਾਬਾ ਬਕਾਲਾ ਪਹੁੰਚਿਆ। ਉਸ ਵਕਤ ਮੱਖਣ ਸ਼ਾਹ ਲੁਬਾਣਾ ਉੱਥੇ 400 ਮੋਹਰਾਂ ਭੇਟ ਕਰਨ ਜੋ ਉਸਨੇ ਕਿਹਾ ਸੀ। ਉੱਥੇ 22 ਮੰਜੀਆਂ ਲੱਗੀਆਂ ਸੀ 22 ਗੁਰੂ ਦੀਆਂ। ਤਾਂ ਉਸਨੇ ਹਰੇਕ ਗੁਰੂ ਅੱਗੇ ਜੋ ਬੈਠੇ ਸੀ ਮੰਜੀਆਂ ਲਾ, ਦੋ ਮੋਹਰਾਂ ਧਰ ਉਸਨੇ ਮੱਥਾ ਟੇਕਿਆ ਤਾਂ ਕਿਸੇ ਨੇ ਕੁਛ ਨਹੀਂ ਆਖਿਆ ਵੀ ਤੂੰ 400 ਮੋਹਰ ਆਖੀ ਸੀ। ਸੋ ਪਿੰਡ ਵਿੱਚ ਗਿਆ, ਇੱਕ ਵਿਅਕਤੀ ਨੇ ਆਖਿਆ ਸੀ, ਬਹੁਤ ਗਲਤ ਗੱਲ ਆਖੀ ਸੀ ਵੈਸੇ ਤਾਂ, ਕਹਿੰਦਾ ਵੀ ਇੱਕ ਤੇਗਾ ਕਮਲਾ ਭੋਰਾ ਸਾਹਿਬ ਵਿੱਚ ਬੈਠਾ, ਤੇਗਾ ਕਮਲਾ ਆਖਿਆ ਸੀ ਜੋ ਆਪਾਂ ਨੂੰ ਨਹੀਂ ਵਰਤਣਾ ਚਾਹੀਦਾ ਸ਼ਬਦ। ਜਿਵੇਂ ਕਿ ਤਾਂ ਲਿਖਤਕਾਰਾਂ ਨੇ ਦੱਸਿਆ ਸੀ ਵੀ ਤੇਗਾ ਕਮਲਾ ਆਖਿਆ ਸੀ। ਸੋ ਉੱਥੇ ਵੀ ਗਿਆ, ਉੱਥੇ ਵੀ ਦੋ ਮੋਹਰਾਂ ਰੱਖੀਆਂ ਤਾਂ ਗੁਰੂ ਜੀ ਨੇ ਆਖਿਆ ਆਖਿਆ ਤਾਂ ਤੂੰ 400 ਮੋਹਰਾਂ ਸੀ, ਤੂੰ ਹੁਣ 2 ਮੋਹਰਾਂ ਧਰ ਰਿਹਾ। ਵੀ ਮੈਂ ਥੋੜ੍ਹਾ ਇੱਥੇ ਦਿਖਾਇਆ ਵੀ ਤੇਰੇ ਬੇੜੇ ਦੀਆਂ ਕਿੱਲਾਂ ਦੇ ਨਿਸ਼ਾਨ ਹਲੇ ਤੱਕ ਮੋਢੇ ਤੇ ਹਨ। ਸੋ ਬਹੁਤ ਪ੍ਰਸੰਨ ਹੋਇਆ ਤੇ ਆਪ ਜਾਣ ਦੇ ਕੋਠੇ ਉੱਤੇ ਚੜ੍ਹ ਉੱਚੀ ਉੱਚੀ ਆਖਣ ਲੱਗਿਆ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਵੀ ਮੈਨੂੰ ਸੱਚਾ ਗੁਰੂ ਲੱਭ ਗਿਆ, ਸੱਚਾ ਗੁਰੂ ਲੱਭ ਗਿਆ। ਤਾਂ ਗੁਰੂ ਜੀ ਨੇ ਕਿਹਾ ਸੀ ਇਹ ਸਮਾਂ ਠੀਕ ਨਹੀਂ ਵੀ ਮੇਰੇ ਪ੍ਰਕਾਸ਼ ਦਾ ਹਲੇ, ਉਹਨਾਂ ਨੂੰ ਆਖਿਆ ਵੀ ਸੀਗਾ। ਤੇ ਉਸ ਉਪਰੰਤ ਕਥਾ ਹੋਰ ਵੀ ਅੱਗੇ ਬਹੁਤ ਲੰਬੀ ਜਾਣੀ ਹੈ, ਪਰਸੋਂ ਮੈਂ ਬਰੀਫ 'ਚ ਦੱਸਣਾ ਵੀ ਉਹਨਾਂ 'ਤੇ ਹਮਲਾ ਵੀ ਕਰਵਾਇਆ ਗਿਆ ਗੋਲੀ ਨਾਲ ਅਤੇ ਉੱਥੋਂ ਦਾ ਸਾਰਾ ਸਮਾਨ ਵੀ ਲੁੱਟ ਕੇ ਲੈ ਕੇ ਗਏ। ਸੋ ਉਸ ਪਰ ਮੱਖਣ ਸ਼ਾਹ ਲੁਬਾਣਾ 500 ਸਿਪਾਹੀਆਂ ਨੇ ਆਇਆ ਸੀ ਉਹ ਵਾਪਸ ਲੈ ਕੇ ਆਇਆ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੋਥੀ ਸਾਹਿਬ ਉਹ ਵਾਪਸ ਲੈ ਕੇ ਆਇਆ। ਸੋ ਗੁਰੂ ਨੇ ਆਖਿਆ ਸੀ ਵਾਪਸ ਕਰਿਆ ਆਪਣੇ ਹੀ ਕੰਮ ਦੀਆਂ ਚੀਜ਼ਾਂ ਨਹੀਂ ਹੈਗੀਆਂ, ਜੋ ਇਹਨਾਂ ਨੂੰ ਜੋ ਆਪਣੇ ਵਿਰੁੱਧ ਕਰਦੀਆਂ ਉਹ ਚੀਜ਼ਾਂ ਇਹਨੂੰ ਹੁੰਦੀਆਂ ਵਾਪਸ ਕਰਿਆ ਤੋਂ। ਸੋ ਇਹ ਸੀ ਪ੍ਰਕਾਸ਼ ਦਾ। ਸੋ ਉਸ ਵਿੱਚ ਸ਼ਹਾਦਤ ਦੀ ਗੱਲ, ਕਸ਼ਮੀਰੀ ਪੰਡਿਤ ਆਏ ਸਨ ਗੁਰੂ ਤੇਗ ਬਹਾਦਰ ਜੀ ਕੋਲ। ਸੋ ਰੋਂਦੇ ਰੋਂਦੇ ਆਏ ਸੀਗੇ, ਉਹਨਾਂ ਨੇ ਆਖਿਆ ਵੀ ਗੁਰੂ ਜੀ ਸਾਡਾ ਧਰਮ ਪਰਿਵਰਤਨ ਔਰੰਗਜ਼ੇਬ ਵੱਲੋਂ ਕਰਿਆ ਜਾ ਰਿਹਾ, ਰੋਜ਼ 125,000 ਮਣ ਜਨੇਊ ਉਤਾਰਦਾ ਹੈ ਅਤੇ ਫਿਰ ਜਾ ਕੇ ਕਿਤੇ ਪ੍ਰਸ਼ਾਦਾ ਛਕਦਾ ਹੈ, ਇਹਨਾਂ ਅੱਤਿਆਚਾਰ ਕੀਤਾ ਜਾ ਰਿਹਾ। ਗੋਬਿੰਦ ਰਾਏ ਜੀ 9 ਸਾਲ ਦੀ ਉਮਰ ਦੇ ਸਨ, ਉਹਨਾਂ ਨੇ ਪੁੱਛਿਆ ਪਿਤਾ ਜੀ ਰੋ ਕਿਉਂ ਰਹੇ ਨੇ, ਤਾਂ ਗੁਰੂ ਜੀ ਨੇ ਗੱਲ ਦੱਸੀ ਵੀ ਔਰੰਗਜ਼ੇਬ ਇਹਨਾਂ ਨਾਲ ਅੱਤਿਆਚਾਰ ਕਰ ਰਿਹਾ, ਤੋ ਇਹਨਾਂ ਦੇ ਧਰਮ ਨੂੰ ਬਚਾਉਣ ਲਈ ਕਿਸੇ ਵੱਡੇ ਮਹਾਂਪੁਰਖ ਦੀ ਸ਼ਹਾਦਤ ਦੀ ਲੋੜ ਹੈ। ਸੋ ਉਸ ਵਕਤ ਗੁਰੂ ਗੋਬਿੰਦ ਰਾਏ ਜੀ ਨੇ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਸ਼ਹੀਦੀ ਦੇਣ ਵਾਸਤੇ ਦਿੱਲੀ ਵੱਲ ਤੋਰਤਾ ਸੀ ਵੀ ਆਪ ਤੋਂ ਵੱਧ ਕੇ ਕੌਣ ਮਹਾਂਪੁਰਖ ਹੋ ਸਕਦਾ ਹੈ। ਔਰੰਗਜ਼ੇਬ ਨੂੰ ਸੱਦਾ ਭੇਜਿਆ ਗਿਆ ਕਿ ਸ਼ਹੀਦੀ ਲਈ ਗੁਰੂ ਤੇਗ ਬਹਾਦਰ ਜੀ ਆ ਰਹੇ ਨੇ, ਉਹਨੇ ਸਿਪਾਹੀ ਭੇਜਣੇ ਚਾਹੇ। ਸੋ ਗੁਰੂ ਜੀ ਨੇ ਆਖਿਆ ਕਿ ਉਹ ਖੁਦ ਹੀ ਆਵਣਗੇ, ਰਾਹ ਵਿੱਚ ਬਹੁਤ ਜਗ੍ਹਾ ਰੁਕੇ ਵੀ, ਸੋ ਬਹੁਤ ਲੰਬੀ ਹੋ ਜਾਣੀ ਕਥਾ ਨਹੀਂ, ਰੁਕੇ ਵੀ ਥਾਂ ਦੇ ਵਿੱਚ ਬਹੁਤ ਜਗ੍ਹਾ। ਸੋ ਉੱਥੇ ਉਹਨਾਂ ਨੂੰ ਭੂਤਾਂ ਦੀ ਹਵੇਲੀ ਵਿੱਚ ਕੈਦ ਕੀਤਾ ਗਿਆ। ਉੱਥੇ ਔਰੰਗਜ਼ੇਬ ਦੀ ਪੋਤਰੀ ਜੈਬੋ ਨੇ ਆਖਿਆ ਵੀ ਸੀਗਾ ਵੀ ਪਿਤਾ ਜੀ ਆਪਾਂ ਗੁਰੂ ਪੀਰ ਨੂੰ ਕੈਦ ਕਰ ਚੁੱਕੇ ਹਾਂ, ਆਪਾਂ ਬਹੁਤ ਵੱਡੀ ਗਲਤੀ ਕਰ ਰਹੇ ਹਾਂ। ਅਬਦੁੱਲਾ ਖਾਂ ਜੋ ਜੇਲ੍ਹ ਦੇ ਬਾਹਰ ਖੜਾ ਸੀ ਉਹ ਵੀ ਸਮਝ ਗਿਆ ਸੀ ਬਹੁਤ ਵੱਡੀ ਗਲਤੀ ਕਰ ਚੁੱਕੇ ਹਾਂ। ਸੋ ਉੱਥੇ ਉਹਨਾਂ ਲੱਗਿਆ ਵੀ ਭੂਤਾਂ ਸ਼ਾਮ ਦੇ ਵਿੱਚ ਪਸਾ ਸੀਗਾ ਜੋ ਆਇਆ। ਸੋ ਗੁਰੂ ਜੀ ਨੂੰ ਆਖਦਾ, ਗੁਰੂ ਜੀ ਦੇਖ ਕੇ ਪ੍ਰਸੰਨ ਹੋਇਆ ਵੀ ਤੁਸੀਂ ਗੁਰੂ ਜੀ ਮੇਰਾ ਉਧਾਰ ਕਰਨ ਆਏ ਹੋ। ਸਾ ਉੱਥੇ ਜਾ ਥੋੜ੍ਹੀ ਦੇਰ ਬਾਅਦ ਜਾ ਕੇ 2 ਗੰਨੇ ਲਿਆਇਆ, ਜਿਵੇਂ ਗੁਰੂ ਜੀ ਗੰਨੇ ਖਾਈ ਗਏ ਉਹ ਝੂਠੇ ਛਿੱਲੜ ਚੱਕ ਚੱਕ ਉਹ ਖੁਦ ਖਾਈ ਗਿਆ, ਝੂਠੇ ਛਿੱਲੜ ਖਾਈ ਗਿਆ, ਜਿਵੇਂ ਵੀ ਖਾਈ ਗਿਆ ਉਸਦਾ ਪਰਿਵਰਤਨ ਹੋ ਗਿਆ, ਉਹ ਮਤਲਬ ਮੁਕਤੀ ਪਾ ਗਿਆ ਖੀਰ ਦੇ ਵਿੱਚ। ਸੁਬਾਹ ਹੋਈ, ਸਿਪਾਹੀਆਂ ਨੂੰ ਭੇਜਿਆ ਗਿਆ ਵੀ ਜਾ ਕੇ ਲੈ ਕੇ ਆਓ, ਵੀ ਹੁਣ ਤੱਕ ਮਾਰ ਦਿੱਤਾ ਹੋਣਾ ਉਸ ਭੂਤ ਨੇ। ਸੋ ਅੱਖਾਂ ਬੰਦ ਕਰ ਵਿਰਾਗ ਦੇ ਵਿੱਚ ਬੈਠੇ ਸੀ ਗੁਰੂ ਤੇਗ ਬਹਾਦਰ ਜੀ। ਉਹਨਾਂ ਨੂੰ ਆਖਿਆ ਵੀ ਤੁਸੀਂ ਹਲੇ ਵੀ ਵਕਤ ਹੈ, ਤੁਸੀਂ ਸਾਡੇ ਧਰਮ ਵਿੱਚ ਆ ਜਾਓ, ਤੁਹਾਨੂੰ ਸ਼ੀਸ਼ ਕਲਮ ਨਹੀਂ ਕੀਤਾ ਜਾਵੇਗਾ। ਸੋ ਗੁਰੂ ਜੀ ਨੇ ਕਿਹਾ ਸਾਨੂੰ ਸਾਡਾ ਧਰਮ ਪਿਆਰਾ ਹੈ ਤੇ ਸਾਡਾ ਤੁਹਾਡੇ ਧਰਮ ਨਾਲ ਕੋਈ ਵੈਰ ਨਹੀਂ, ਸਾਡਾ ਕੋਈ ਤੁਹਾਡੇ ਧਰਮ ਨਾਲ ਕੋਈ ਵੈਰ ਨਹੀਂ। ਤੋ ਸ਼ੀਸ਼ ਕਲਮ ਕਰਨ ਲਈ ਜੱਲਾਦ ਸੱਦੇ ਗਏ। ਜੱਲਾਦ ਨੇ ਆਖਿਆ ਵੀ ਅਸੀਂ ਪੁਸ਼ਤਾਂ ਤੋਂ ਜੱਲਾਦ ਹੈ ਤੇ ਅਸੀਂ ਰੋਟੀ ਤਾਂ ਖਾਂਦੇ ਹਾਂ ਕਿਸੇ ਦਾ ਸ਼ੀਸ਼ ਵੱਢ ਕੇ। ਗੁਰੂ ਜੀ ਨੇ ਆਖਿਆ ਵੀ ਅਸੀਂ ਵੀ ਪੁਸ਼ਤਾਂ ਤੋਂ ਸ਼ਹੀਦ ਹੈ, ਸਾਡੇ ਪਿਤਾ ਗੁਰੂ ਅਰਜਨ ਦੇਵ ਜੀ ਸਨ ਜਿਨ੍ਹਾਂ ਨੂੰ ਸ਼ਹੀਦਾਂ ਦਾ ਸਰਤਾਜ ਆਖਿਆ ਜਾਂਦਾ ਹੈ, ਤੇ ਉਹਨਾਂ ਦੇ ਪਿਤਾ 6ਵੇਂ ਪਾਤਸ਼ਾਹ ਜੀ ਨੇ ਸਾਨੂੰ ਤੇਗ ਬਹਾਦਰ ਦਾ ਤਮਗਾ ਦਿੱਤਾ। ਤੇਗ ਤਾਂ ਭਾਵ ਕੀ ਤਲਵਾਰ, ਜਦ ਉਹਨਾਂ ਨੇ ਲੜਦੇ ਦੇਖਿਆ ਸੀ ਯੁੱਧ ਵਿੱਚ, ਤੂੰ ਸਾਨੂੰ ਕਿਤੇ ਤਲਵਾਰ ਨਾ ਡਰਾ ਲਏਗਾ। ਸੋ ਉਹਨਾਂ ਦਾ ਸ਼ੀਸ਼ ਕਲਮ ਕੀਤਾ ਗਿਆ।
ਭਾਈ ਜੀਵਨ ਸਿੰਘ ਜੀ ਸੀਗੇ, ਜੀਵਨ ਸਿੰਘ ਜੀ ਨੇ ਸ਼ੀਸ਼ ਚੱਕਿਆ। ਸੋ ਪਿਤਾ ਜੀ ਅਤੇ ਉਹ ਜੀਵਨ ਸਿੰਘ ਜੀ ਪਿਤਾ ਜੀ ਉਹਨਾਂ ਨੇ ਆਪ ਦੇ ਵਿੱਚ ਕਿਹਾ ਵੀ ਪਿਤਾ ਜੀ ਨੇ ਕਿਹਾ ਤੂੰ ਜੀਵਨ ਸਿੰਘ ਜੀ ਆ ਗਏ ਸੀ ਮੇਰਾ ਸ਼ੀਸ਼ ਵੱਢ ਕੇ ਉੱਥੇ ਲਗਾ। ਨਹੀਂ, ਪਿਤਾ ਜੀ ਨੇ ਆਖਿਆ ਵੀ ਤੂੰ ਤੂੰ ਗੁਰੂ ਜੀ ਦੇ ਸ਼ੀਸ਼ ਨੂੰ ਦਿੱਲੀ ਵੱਲ ਜਾਣਾ ਹੈ, ਸੋ ਤੂੰ ਮੇਰਾ ਸ਼ੀਸ਼ ਵੱਢ ਉੱਥੇ ਲਗਾ। ਲਗਾਇਆ ਗਿਆ। ਸੋ ਗੁਰੂ ਜੀ ਦੇ ਸ਼ੀਸ਼ ਨੂੰ ਰੂੰ ਦੇ ਵਿੱਚ ਬੰਨ੍ਹ ਕੇ ਦਿੱਲੀ ਵੱਲ ਲੈ ਗਿਆ। ਸੋ ਉਸਨੇ ਇੱਕ ਝੋਪੜੀ ਦੇ ਵਿੱਚ ਜਾ ਕੇ, ਜੋ ਉਸਦਾ ਘਰ ਸੀਗਾ, ਉੱਥੇ ਜਾ ਕੇ ਗੁਰੂ ਜੀ ਸ਼ੀਸ਼ ਜੀ ਨੂੰ ਅਗਨੀ ਭੇਟ ਕਰ ਦਿੱਤਾ ਅਤੇ ਗੁਰੂ ਜੀ ਦੇ ਸੰਸਕਾਰ ਕੀਤਾ ਅਤੇ ਗੁਰੂ ਜੀ ਲਈ ਆਪਣਾ ਘਰ ਨੂੰ ਵੀ ਅੱਗ ਲਗਵਾ ਦਿੱਤੀ ਅਤੇ ਆਪਣਾ ਪਿਤਾ ਜੀ ਵੀ ਕੁਰਬਾਨ ਕਰ ਦਿੱਤੇ। ਸੋ ਆਪਾਂ ਨੂੰ ਗੁਰੂ ਜੀ ਵਾਸਤੇ ਆਪਣਾ ਘਰ ਵੀ ਅਗਨੀ ਭੇਟ ਕਰ ਦਿੱਤਾ। ਸੋ ਆਪਾਂ ਗੱਲ ਦੇਖਦੇ ਹਾਂ ਵੀ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਜਾਮੇ ਵਿੱਚ, ਗੁਰੂ ਨਾਨਕ ਦੇਵ ਜੀ ਤੋਂ ਪਹਿਲੇ ਜਾਮੇ ਦੇ ਵਿੱਚ ਜਨੇਊ ਪਾਉਣ ਤੋਂ ਮਨਾ ਕਰ ਦਿੱਤਾ ਸੀ। ਮਨਾ ਕਰ ਦਿੱਤਾ ਸੀ ਮਤਲਬ ਕਿ ਪਵਾਉਣ ਨੂੰ ਮਨਾ ਕੀਤਾ ਸੀ, ਅਪਮਾਨ ਨਹੀਂ ਕੀਤਾ ਸੀ। ਅਤੇ ਉਹ ਨੌਵੇਂ ਜਾਮੇ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਨੌਵੇਂ ਜਾਮੇ ਦੇ ਵਿੱਚ ਉਸ ਜਨੇਊ ਵਾਸਤੇ ਸ਼ਹਾਦਤ ਦਿੱਤੀ ਸੀਗੀ। ਸੋ ਧੰਨਵਾਦ।